ਹਾਏ ਕਿੰਨਾ ਸੋਹਣਾ ਮੁੰਡਾ, ਕਾਸ਼ ਮੇਰੀ ਇੰਨਾ ਗੱਲ ਹੁੰਦੀ ਮੈਂ ਇੰਨਾ ਵਿਆਹ ਕਰਾ ਲੈਂਦੀ। ਪ੍ਰੈਕਟਿਸ ਕਰਨ ਆਉਂਦਾ, ਚੱਲ ਫਿਰ ਇਹਦਾ ਟਾਈਮ ਚੱਕਦੇ ਹਾਂ। ਹਾਂਜੀ, ਕਿਵੇਂ ਹੋ? ਵਧੀਆ ਜੀ। ਹਾਂਜੀ, ਤੁਸੀਂ ਕੌਣ? ਮੈਂ ਪਛਾਣਿਆ ਨਹੀਂ ਤੁਹਾਨੂੰ। ਜਾਣ ਪਛਾਣ ਤਾਂ ਹੋ ਹੀ ਜਾਂਦੀ ਆ, ਵੈਸੇ ਮੇਰਾ ਨਾਮ ਪ੍ਰੀਤ। ਹੈਲੋ, ਮੇਰਾ ਨਾਮ ਜੱਸਾ। ਓਕੇ, ਵੈਸੇ ਮੈਨੂੰ ਉੱਥੋਂ ਇੱਕ ਕੰਮ ਸੀਗਾ, ਤੁਸੀਂ ਮੈਨੂੰ ਆਪਦੀ ਆਈਡੀ ਦੇ ਦਿਓ। ਲਓ ਖੋਲਿਓ। ਚੱਲ ਠੀਕ ਹੈ ਜੀ, ਓਕੇ ਹੈ, ਮੇਰੀ ਮਿਹਨਤ ਦਾ ਟਾਈਮ ਹੈ, ਮੈਂ ਚੱਲ। ਓਕੇ, ਮਿਲ ਗਈ ਆਈਡੀ ਤਾਂ, ਕੋਈ ਨਾ ਕਰਦੇ ਇਹਦੇ ਨਾਲ ਵੀ ਗੱਲ, ਤੈਨੂੰ ਤਾਂ ਮੈਂ ਲੈਣ ਤੇ ਲਿਆਉਣ ਦੱਸਿਆ। ਜੇ ਮੈਸੇਜ ਆਈ ਜਾਂਦੇ ਨੇ ਹੋਏ।
ਇੰਸਟਾਗ੍ਰਾਮ ਤੇ ਮੈਸੇਜ ਡੀਪੀ ਇਹ ਰੋਹੀ ਕੁੜੀ ਹੈ ਸਵੇਰ ਵਾਲੀ ਕੀ ਕਹਿੰਦੀ ਹੈ ਯਾਰ ਇਹਨੂੰ ਪੁੱਛਦੇ ਹਾਂ ਕੀ ਕਹਿੰਦੀ ਹੈ ਨੰਬਰ ਸੈਂਡ ਆ ਯਾਰ ਇਹ ਤਾਂ ਬਾਲੀ ਹੱਥ ਧੋ ਕੇ ਪਿੱਛੇ ਇਹਨੂੰ ਬਲੌਕ ਹੀ ਕਰ ਦਿੰਦੇ ਯਾਰ ਨਾ ਯਾਰ ਜਿਹਨੂੰ ਬਲੌਕ ਕਰਤਿਆ ਇਹ ਕੱਲ੍ਹ ਫਿਰ ਸਵੇਰੇ ਗਰਾਊਂਡ ਕੋਲ ਆ ਕੇ ਮੈਨੂੰ ਮਿਲੂਗੀ ਆਪ ਇਹਨੂੰ ਪੁੱਛੋਗੇ ਚੱਲ ਆਪਾਂ ਨੰਬਰ ਹੀ ਸੈਂਡ ਕਰ ਦਿੰਦੇ ਹਾਂ ਇੱਕ ਮਿੰਟ ਤੁਸੀਂ ਮਤਲਬ ਮਤਲਬ ਛੱਡੋ ਮੈਨੂੰ ਐ ਦੱਸੋ ਤੁਸੀਂ ਮੈਨੂੰ ਮਿਲ ਸਕਦੇ ਹੋ ਮੈਂ ਸੁਣਨਾ ਗੱਲ ਕਰਨੀ ਸੀ ਮਿਲ ਕੇ ਹੀ ਕਰਨਾ ਤੁਸੀਂ ਜੋ ਗੱਲ ਕਰਨੀ ਫੋਨ ਤੇ ਕਰ ਲੋ ਨਹੀਂ ਆਪਾਂ ਫੇਸ ਟੂ ਫੇਸ ਮਿਲ ਦਿਆਂਗੇ ਕੱਲ ਨੂੰ ਡਿਡਬੀ ਪਾਰਕ ਚ ਠੀਕ ਹੈ ਜੇ ਤੁਸੀਂ ਨਹੀਂ ਆਏ ਨਾ ਮੈਂ ਤੁਹਾਡੇ ਘਰੇ ਆ ਜਾਣਾ ਚਲੋ ਠੀਕ ਹੈ ਕੋਈ ਨਹੀਂ ਮੈਂ ਆ ਜਾਵਾਂ ਕੱਲ ਨੂੰ ਹਾਂਜੀ ਹਾਂ ਠੀਕ ਹੈ ਓਕੇ ਮਿਲਦੇ ਹਾਂ ਫਿਰ ਆਪਾਂ ਕੱਲ ਨੂੰ ਓਕੇ ਬਾਏ ਬਾਏ ਓਕੇ ਉਹ ਚੱਲ ਤੂੰ ਵਧੀਆ ਉਰੀ ਮਿਲ ਗਿਆ ਮੈਂ ਤੇਰੇ ਕਿ ਨਹੀਂ ਹੋ ਜਾਂਦਾ ਸੀ ਕੀ ਹੋ ਗਿਆ ਕੀ ਕੰਮ ਸੀਗਾ ਉਹ ਕੰਮ ਸੀ ਮੈਂ ਅੱਜ ਸਵੇਰੇ ਨਾ ਸਟੇਡੀਅਮ ਜਾ ਰਿਹਾ ਸੀ ਲੈ ਰਾ ਕਮਾਲ ਹੋ ਗਈ ਓਏ ਕੁੜੀ ਤੇਰੀ ਹੈਗੀ ਹੈ ਯਾਰ ਓਏ ਹੌਲੀ ਬੋਲ ਕੋਈ ਸੁਣ ਨਾ ਲਵੇ ਮੈਨੂੰ ਤਾਂ ਪਹਿਲੀ ਡਰ ਲੱਗੀ ਜਾਂਦਾ ਡਰਨ ਵਾਲੀ ਕੀ ਗੱਲ ਹੈ ਕੁੜੀ ਨੇ ਤੈਨੂੰ ਮਿਲਣ ਵਾਸਤੇ ਬੁਲਾਇਆ ਗਾ ਤੂੰ ਬਗ ਜਾ ਮਿਲਣ ਕੀ ਵੇ ਮੇਰੀ ਗੱਲੇ ਬਣ ਜਿੱਥੇ ਓਏ ਪਰ ਯਾਰ ਮੈਨੂੰ ਤਾਂ ਡਰ ਲੱਗੀ ਜਾਂਦਾ ਜਾ ਮੈਂ ਪਹਿਲਾ ਬੰਦਾ ਦੇਖਿਆ ਯਾਰ ਜਿਹੜਾ ਕੁੜੀ ਤੋਂ ਡਰਦਾ ਹੈ ਉਹ ਡਰਨ ਵਾਲੀ ਕੋਈ ਗੱਲ ਨੀ ਤੂੰ ਐ ਕਰੀ ਕੱਲ ਨੂੰ ਤਿਆਰ ਹੋ ਕੇ ਬਗ ਜੀ ਇੱਥੇ ਇਹਨੂੰ ਮਿਲਣਾ ਆ ਨਾਲੇ ਚੱਜ ਦੇ ਆਪਣੇ ਭਾਜੀ ਚੱਪਲਾਂ ਚੁੱਪਲਾਂ ਜਿਹੀਆਂ ਨੇ ਬਗ ਜੀ ਬੂਟ ਬਾਟ ਪਾ ਕੇ ਬਗ ਜੀ ਵਧੀਆ ਤਿਆਰ ਬੈਰ ਹੋ ਕੇ ਚੱਲ ਦੇਖੀ ਜਾਊ ਜਾਣਾ ਫਿਰ ਮੈਂ ਕੱਲ ਨੂੰ ਠੀਕ ਹੈ ਠੀਕ ਫਿਰ ਮਿਲਦੇ ਹਨਾ
ਟਾਈਮ ਵੀ ਹੋ ਗਿਆ ਯਾਰ, ਉਹਦਾ ਲੜੂ ਵੀ ਉਹਦਾ ਪਹੁੰਚ ਗਿਆ ਉੱਥੇ, ਚੱਲਦੇ ਹਾਂ ਜਲਦੀ ਜਲਦੀ। ਹਾਂਜੀ ਕਿਵੇਂ ਹੋ? ਵਧੀਆ ਪ੍ਰੀਤ, ਤੂੰ ਸੁਣਾ? ਵਧੀਆ, ਕੀ ਗੱਲ ਅੱਜ ਬੜੀਆਂ ਟੋਰਾ ਕੱਢੀਆਂ ਨੇ? ਉਹ ਬਸ ਕੁਝ ਐਵੇਂ ਹੀ ਹੈ। ਹਾਂ ਦੱਸੋ ਕੀ ਜ਼ਰੂਰੀ ਕੰਮ ਸੀ? ਤੁਸੀਂ ਬੈਠੋ ਤਾਂ ਸਹੀ। ਹਾਂ ਪ੍ਰੀਤ ਲੈ ਬੈਠ ਗਿਆ, ਦੱਸੋ ਕੀ ਜ਼ਰੂਰੀ ਕੰਮ ਸੀ? ਕੀ ਗੱਲ, ਤੁਸੀਂ ਇੰਨੇ ਨਰਵਸ ਕਿਉਂ? ਉਹ ਨਾ ਜੀ, ਪਹਿਲਾਂ ਨਾ ਮੈਂ ਕਿਸੇ ਕੁੜੀ ਨਾਲ ਗੱਲ ਜੀ ਨਹੀਂ ਕੀਤੀ। ਕੋਈ ਗੱਲ ਨਹੀਂ, ਹੁਣ ਤਾਂ ਗੱਲ ਹੁੰਦੀ ਰਹਿਣੀ ਆ, ਆਦਤ ਪੈ ਜੂ। ਕੀ ਮਤਲਬ ਜੀ, ਸਿੱਧੀ ਸਿੱਧੀ ਗੱਲ ਦੱਸੋ। ਗੱਲ ਇਹ ਆ ਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਆ, ਮੈਂ ਤੁਹਾਡੀ ਲਾਈਫ 'ਚ ਤੁਹਾਡੀ ਬਣ ਕੇ ਰਹਿਣਾ ਚਾਹੁੰਦੀ ਹਾਂ। ਅੱਛਾ ਜੀ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ? ਪਰ ਯਾਰ ਨਹੀਂ, ਮੈਂ ਤਾਂ ਆਪਦੀ ਕਬੱਡੀ ਤੇ ਆਪਣੀ ਮਿਹਨਤ ਨੂੰ ਪਿਆਰ ਕਰਦਾ। ਜਸ, ਮੈਂ ਤੈਨੂੰ ਬਹੁਤ ਪਿਆਰ ਕਰਦੀ ਆ, ਜੇ ਤੈਨੇ ਮੈਨੂੰ ਅੱਜ ਹਾਂ ਨਾ ਕੀਤੀ ਨਾ, ਮੈਂ ਕੁਛ ਖਾ ਕੇ ਮਰ ਜੂ, ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਸੱਚੀ ਯਾਰ, ਤੁਸੀਂ ਮੈਨੂੰ ਇੰਨਾ ਪਿਆਰ ਕਰ ਸਕਦੇ, ਮੇਰੇ ਪਿੱਛੇ ਜਾਨ ਦੇ ਸਕਦੇ? ਹਾਂ, ਮੈਂ ਵੀ ਤੁਹਾਨੂੰ ਇੰਨੀ ਪਿਆਰ ਕਰਦਾ, ਮੈਂ ਵੀ ਆਪਣੀ ਲਾਈਫ ਤੁਹਾਡੇ ਨਾਲ ਜੀਣਾ ਚਾਹਵਾਂ। ਹਾਏ ਸੱਚੀ? ਹਾਂਜੀ ਸੱਚੀ। ਕੀ ਹੈ ਯਾਰ, ਪੜ੍ਹ ਕੇ ਬੋਰ ਹੋਈ ਆ ਮੈਨੂੰ, ਧਰ ਦਿੰਦੀ ਹਾਂ ਥੋੜ੍ਹਾ ਟਾਈਮ, ਮੈਂ ਕਰਦੀ ਹਾਂ ਜੱਸੇ ਨੂੰ ਫੋਨ ਲਾਉਂਦੀ ਹਾਂ। ਹੈਲੋ। ਹਾਂਜੀ 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 ਹਾਂ, ਕੀ ਹਾਲ ਨੇ ਜਨਾਬ ਦੇ? ਮੈਂ ਕਰਨਾ ਕਰਾਉਣਾ ਕੀ ਹੈ ਜੀ, ਤੁਹਾਡੀ ਖਿਆਲ ਹੈ ਬਸ। ਹਾਏ, ਮੇਰਾ ਵੀ ਜੀ ਲੱਗ ਰਿਹਾ, ਮੇਰਾ ਵੀ ਜੀ ਕਰ ਰਿਹਾ, ਤੁਹਾਨੂੰ ਮਿਲ ਕੇ ਕੋਈ ਗੱਲ ਦੱਸਣੀ ਹੈ ਜ਼ਰੂਰੀ। ਅੱਛਾ, ਮਿਲਣ ਦਾ ਜੀ ਕਰ ਰਿਹਾ ਤੁਹਾਡਾ? ਮੇਰਾ ਤਾਂ ਆਪ ਬਹੁਤ ਕਰਦਾ ਯਾਰ। ਚੱਲ ਠੀਕ ਹੈ, ਕੱਲ੍ਹ ਤੁਸੀਂ ਦਿੜਬੇ ਆ ਜਾਓ, ਫਿਰ ਆਪਾਂ ਮਿਲਦੇ ਹਾਂ ਉੱਥੇ ਕਿਸੇ ਰੈਸਟੋਰੈਂਟ 'ਚ। ਯਾਰ ਦਿੜਬੇ ਨਹੀਂ, ਦਿੜਬੇ ਤਾਂ ਮੇਰੇ ਡੈਡੀ ਹੁੰਦੇ ਨੇ ਰੈਸਟੋਰੈਂਟ 'ਚ, ਕਿਤੇ ਹੋਰ ਦੇਖ ਲਓ, ਜਿੱਥੇ ਆਪਾਂ ਪਹਿਲਾਂ ਮਿਲੇ ਸੀ ਪਾਰਕ 'ਚ। ਹਾਂਜੀ ਹਾਂ। ਚੱਲ ਠੀਕ ਹੈ ਜੀ, ਹਾਂ ਤੁਸੀਂ ਉੱਥੇ ਆ ਜਾਓ 10 ਵਜੇ, ਮੈਂ ਉੱਥੇ ਹੀ ਆ ਜਾਊਂਗਾ। ਚਲ ਠੀਕ ਹੈ ਜੀ, ਆਪਾਂ ਮਿਲਦੇ ਹਾਂ ਫਿਰ ਕੱਲ੍ਹ ਨੂੰ। ਓਕੇ। ਚੱਲ ਠੀਕ ਹੈ ਜੀ, ਓਕੇ ਬਾਈ।
ਆ ਵੀ ਜੱਸਿਆ ਕਿੱਧਰ ਫਿਰਦਾ ਅੱਜ ਕੱਲ ਦਿਖਾਈ ਨੀ ਦਿੰਦਾ ਹੈਗਾ ਜਮੀ ਵੀ। ਓਏ ਬਸ ਕੁਝ ਨੀ, ਜਾਣ ਆਉਣਾ ਕਿੱਥੇ ਹੈ, ਪੂਰੀ ਹੁੰਦਾ ਬਸ ਅੱਜ ਕੱਲ ਤਾਂ। ਅੱਛਾ ਅੱਜ ਕਿੱਧਰ ਚੱਲਿਆ ਫਿਰ ਤਿਆਰ ਵਿਆਰ ਹੋ ਕੇ? ਓਏ ਕੁਝ ਨੀ, ਤੇਰੀ ਭਾਬੀ ਨੂੰ ਮਿਲਣ ਚੱਲਿਆ, ਬੜੇ ਦਿਨ ਹੋ ਗਏ ਤੇ ਯਾਰ ਮਿਲੀ ਨੂੰ। ਅੱਛਾ ਪੱਟੂਆ ਤੋਂ ਜਮੀ ਸਿਰੇ ਦਾ ਆਸ਼ਕ ਬਣ ਗਿਆ ਉਹ ਫਿਰ, ਜਾ ਉਰੇ ਖੜਾ ਹੀ ਗਿਆ ਤੈਂ, ਉਹ ਜਾ ਕੇ ਮਾਰ ਮਰਲਾ ਫਿਰ ਲੈ ਨਜ਼ਾਰੇ ਜਾ ਕੇ। ਚੰਗਾ ਫਿਰ ਚੱਲਦਾ ਮੈਂ, ਫਿਰ ਮਿਲਦੇ ਆ। ਹਾਂਜੀ ਦੱਸੋ, ਐਡੀ ਕਿਹੜੀ ਜ਼ਰੂਰੀ ਗੱਲ ਸੀ ਜਿਹੜੀ ਫੋਨ ਤੇ ਨਹੀਂ ਹੋ ਸਕਦੀ ਸੀ? ਉਹ ਗੱਲ ਹੀ ਐਡਾ ਦੀ ਸੀ ਜਿਹੜੀ ਫੇਸ ਟੂ ਫੇਸ ਹੋ ਸਕਦੀ ਆ। ਕੋਈ ਗੱਲ ਨਹੀਂ, ਆਪਾਂ ਬੈਠ ਕੇ ਜੁੱਟ ਕੇ ਇਹ ਨਾਲ ਗੱਲ ਕਰਦੇ। ਹਾਂਜੀ ਦੱਸੋ ਕੀ ਜ਼ਰੂਰੀ ਗੱਲ ਸੀ? ਤੁਹਾਨੂੰ ਜਿਵੇਂ ਪਤਾ ਹੀ ਆ ਮੈਂ ਨਾ ਆਈਲੈਟਸ ਦੀ ਤਿਆਰੀ ਕਰਦੀ ਹਾਂ, 3 ਮਹੀਨੇ ਹੋ ਗਏ ਹੁਣ ਮੇਰੀ ਪੇਪਰ ਦੀ ਪੂਰੀ ਤਿਆਰੀ ਆ। ਮੈਨੂੰ ਨਾ ਪੇਪਰ ਦਾ ਪਤਾ ਕੀਤਾ ਸੀਗਾ ਅਗਲੇ ਮਹੀਨੇ ਦੀ 24 ਤੇ 29 ਤਰੀਕ ਦੀ ਤਰੀਕ ਮਿਲ ਰਹੀ ਹੈਗੀ, ਠੀਕ ਹੈ। ਜੇ ਪੇਪਰ ਨਾ ਭਰਿਆ ਗਿਆ ਆਹ ਮਹੀਨੇ ਦੇ ਵਿੱਚ ਸਾਰੀਆਂ ਸੀਟਾਂ ਬੁੱਕ ਹੋ ਜਾਣਗੀਆਂ। ਤਰੀਕਾਂ 'ਚ ਮੈਨੇ ਪੇਪਰ ਨਾ ਭਰਿਆ ਤਾਂ 2 ਮਹੀਨੇ ਸੀਟਾਂ ਨਹੀਂ ਮਿਲਣੀਆਂ ਹੈਗੀਆਂ। ਅੱਛਾ ਜੀ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ? ਯਾਰ ਪਰ ਮੈਂ ਤੁਹਾਨੂੰ ਨਾ ਕਹਿਣਾ ਨਹੀਂ ਚਾਹੁੰਦੀ, ਮੇਰੇ ਕੋਲ ਨਾ ਫੀਸ ਭਰਨ ਨੂੰ ਪੈਸੇ ਨਹੀਂ ਹੈਗੇ, ਤੁਹਾਨੂੰ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਦਾ। ਯਾਰ ਤੁਸੀਂ ਜੇ ਮੇਰੇ ਪੇਪਰ ਦੀ ਫੀਸ ਪੇ ਕਰ ਦਿਓ, ਮੈਨੂੰ ਅਰਜੈਂਟ ਲੋੜ ਆ। ਉਹ ਯਾਰ ਐਡੀ ਕੀ ਗੱਲ ਹੈ, ਉਹ ਵੀ ਤੁਸੀਂ ਡਰ ਡਰ ਕੇ ਕਹਿ ਰਹੇ ਹੋ, ਤੁਸੀਂ ਮੈਨੂੰ ਫੋਨ 'ਤੇ ਦੱਸ ਦਿੰਦੇ। ਯਾਰ ਮੈਨੂੰ ਐਂ ਸੀਗਾ ਕਿਤੇ ਤੁਸੀਂ ਮੈਨੂੰ ਗਲਤ ਨਾ ਸਮਝ ਲਓ। ਉਹ ਨਹੀਂ ਨਹੀਂ ਯਾਰ ਐਵੇਂ ਦੀ ਕੋਈ ਗੱਲ ਨਹੀਂ, ਜਦੋਂ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਮੇਰੇ ਪਿੱਛੇ ਜਾਨ ਤੱਕ ਦੇ ਸਕਦੇ ਹੋ, ਮੈਂ ਤੁਹਾਡੇ ਵਾਸਤੇ ਇੰਨਾ ਵੀ ਨਹੀਂ ਕਰ ਸਕਦਾ। ਤੁਸੀਂ ਮੈਨੂੰ ਦੱਸ ਦਿਓ ਜਦੋਂ ਵੀ ਫੀਸ ਪੇ ਕਰਨੀ ਹੋਈ, ਮੈਂ ਗੂਗਲ ਪੇ ਕਰ ਦੂੰਗਾ। ਓਕੇ ਚਲੋ ਠੀਕ ਹੈ ਫਿਰ, ਪਤਾ ਕੀ ਹੈ ਮੈਨੂੰ ਜ਼ਰੂਰੀ ਕੰਮ ਹੈ, ਕੋਈ ਅਰਜੈਂਟਲੀ ਜ਼ਰੂਰੀ ਕੰਮ ਹੈ, ਫਿਰ ਮਿਲਦੇ ਆਪਾਂ, ਠੀਕ ਹੈ? ਠੀਕ ਹੈ ਮੈਂ ਵੀ ਜਾਣੀ। ਓਕੇ ਬਾਏ। ਹੈਲੋ, ਹਾਂਜੀ ਤੁਸੀਂ ਉੱਥੇ ਹੋ? ਹਾਂ ਤੁਸੀਂ ਮੈਨੂੰ ਗੂਗਲ ਪੇ ਨੰਬਰ ਸੈਂਡ ਕਰ ਦਿਓ, ਨਾਲੇ ਫੀਸ ਦੱਸ ਦਿਓ ਕਿੰਨੀ ਹੈ ਪੇਪਰ ਦੀ। 15,700? ਠੀਕ ਹੈ ਮੈਂ ਕਰ ਦੇਣਾ। ਓਕੇ ਓਕੇ। ਹਾਂਜੀ ਕੀ ਕਰਦੇ ਹੋ? ਹਾਂ ਯਾਰ ਮੈਨੇ ਭਰਤਾ ਸੀ ਪੇਪਰ 24 ਤਰੀਕ ਨੂੰ ਆ। ਹਾਂਜੀ ਹਾਂ, ਤੁਸੀਂ ਚੱਲੋਗੇ ਮੇਰੇ ਨਾਲ ਚੰਡੀਗੜ੍ਹ, ਨਾਲ ਘੁੰਮ ਫਿਰ ਆਵਾਂਗੇ, ਠੀਕ ਹੈ? ਓਕੇ ਜੀ ਬਾਏ। ਠੀਕ ਯਾਰ ਮੈਂ ਪੇਪਰ ਦੇਣ ਜਾ ਤਾਂ ਰਹੀ ਹਾਂ ਪਰ ਮੈਨੂੰ ਡਰ ਜਿਹਾ ਲੱਗ ਰਿਹਾ ਗਾ। ਯਾਰ ਪ੍ਰੀਤ ਕਾ ਤੋਂ ਡਰੀ ਜਾਂਦੇ ਤੂੰ, ਇੰਨਾ ਨਰਵਸ ਕਾ ਤੋਂ ਰਹੀਆਂ ਤੂੰ? ਨਰਵਸ ਵਾਲੀ ਗੱਲ ਨਹੀਂ, ਫਿਰ ਵੀ ਪਹਿਲੀ ਵਾਰ ਨਾ ਔਖਾ ਜਿਹਾ ਲੱਗਦਾ ਵਾ। ਨਹੀਂ ਯਾਰ ਔਖਾ ਜਿਹਾ, ਤੇਰੀ ਤਿਆਰੀ ਨਹੀਂ ਹੈਗੀ? ਨਹੀਂ ਮੇਰੀ ਫੁੱਲ ਤਿਆਰੀ ਆ ਗਈ। ਤੈਨੂੰ ਨਰਵਸ ਹੋਣ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਵਧੀਆ ਤੂੰ ਰਿਲੈਕਸ ਹੋ ਕੇ ਪੇਪਰ ਨਹੀਂ, ਪੇਪਰ ਕਲੀਅਰ ਹੋਊਗਾ ਪੂਰਾ ਪ੍ਰੋਪਰ। ਨਹੀਂ ਕਲੀਅਰ ਤਾਂ ਹੋਊਗਾ, ਐਨਾ ਬੋਲੋ, ਸ਼ੁਭ ਸ਼ੁਭ ਬੋਲੋ। ਤੈਨੂੰ ਕਹਿਣਾ ਵੀ ਨਰਵਸ ਨਾ ਹੋ, ਐਨ ਵਧੀਆ ਫੁੱਲ ਜਿਹੇ ਪੇਪਰ ਦੇ ਕੇ ਆਏਗਾ। ਠੀਕ, ਟੈਨਸ਼ਨ ਨਾ ਲੈ, ਕਦੇ ਵੀ ਟੈਨਸ਼ਨ ਨਾ ਲੈ। ਟੈਨਸ਼ਨ ਲਗਾ ਦੇ।
ਬਸ ਆਪਾਂ ਪਹੁੰਚਣ ਵਾਲੀ ਆ ਬਸ ਮੇਰਾ ਫਿਰ ਬਾਅਦ ਚੋਂ ਆਉਂਦੇ ਕਰ ਲਾਂਗੇ ਫੰਡ ਫਿਰ ਤੁਹਾਨੂੰ ਬਾਹਰ ਕੌਣ ਲੈ ਕੇ ਜਾਊਗਾ ਬਾਹਰ ਤਾਂ ਮੈਂ ਤਾਂ ਹੀ ਤੇਰੇ ਨਾਲ ਜਾ ਰਿਹਾ ਜੀ ਬਾਹਰ ਲੈ ਕੇ ਜਾਣਾ ਫਿਰ ਬਾਅਦ ਚੋਂ ਕਰ ਲਾਂਗੇ ਫੰਡ ਜੀ ਹੁਣ ਆਪਾਂ ਗਿਰ ਕੇ ਸੱਟ ਲੱਗੀ ਫੇਰ ਪੇਪਰ ਦੇਣ ਗਏ ਸੀ ਚੰਡੀਗੜ੍ਹ ਮੇਰੇ ਫੋਨ ਚ ਤਾਂ ਵੀਡੀਓ ਡਿਲੀਟ ਹੋ ਗਈਆਂ ਨਾਲ ਫੋਟੋਆਂ ਡਿਲੀਟ ਹੋ ਗਈਆਂ ਤੁਸੀਂ ਮੈਨੂੰ ਸੈਂਡ ਕਰ ਦਿਓ ਚਲ ਕੋਈ ਨਾ ਜੀ ਆਪਾਂ ਇੱਥੇ ਬਹਿਨੇ ਆ ਯਾਰ ਹਾਂ ਚਲ ਇੱਥੇ ਬਹਿ ਜਾਓ ਇੱਥੇ ਬਹਿ ਜਾ ਯਾਰ ਪੱਖੇ ਚੋਂ ਤਾਂ ਕਾ ਫੂਲ ਜਾ ਜਾਵੇ ਯਾਰ ਹਾਂ ਪ੍ਰੀਤਾ ਹੁਣ ਤਾਂ ਯਾਰ ਤੇਰੇ ਬੈਂਡ ਸਕੋਰ ਵੀ ਵਧੀਆ ਆ ਗਏ ਹਨਾ ਸਾਡੇ ਛੇ ਆ ਗਏ ਫਿਰ ਹੁਣ ਕੋਈ ਸੋਚਿਆ ਫੈਲ ਫੂਲ ਬਾਰੇ ਕਿੱਥੇ ਸੋਚਿਆ ਯਾਰ ਮੈਨੇ ਕਰੀ ਸੀ ਡੈਡੀ ਨਾਲ ਕਰੇ ਗੱਲ ਡੈਡੀ ਕਹਿੰਦੇ ਤੂੰ ਯੂਕੇ ਵਾ ਗਿਆ ਤੇ ਮੇਰਾ ਡ੍ਰੀਮ ਆਸਟ੍ਰੇਲੀਆ ਜਾਣ ਦਾ ਵਾ ਪਰ ਯਾਰ ਡੈਡੀ ਮੰਨ ਨਹੀਂ ਰਹੇ ਤੁਹਾਨੂੰ ਪਤਾ ਹੀ ਆ ਯੂਕੇ ਘੱਟ ਪੈਸੇ ਲੱਗਦੇ ਨੇ ਤੇ ਆਸਟ੍ਰੇਲੀਆ ਜ਼ਿਆਦਾ ਲੱਗਦੇ ਨੇਗੇ ਤੇ ਮੇਰਾ ਵਿੱਚ ਡ੍ਰੀਮ ਰਹਿ ਜੂਗਾ ਜੇ ਡੈਡੀ ਨਾ ਮੰਨੇ ਯਾਰ ਇੱਕ ਪੈਸਿਆਂ ਪਿੱਛੇ ਨਾ ਮੇਰਾ ਸੁਪਨਾ ਠੱਪ ਹੋ ਜੂਗਾ ਤੁਸੀਂ ਮੇਰੀ ਹੈਲਪ ਨਹੀਂ ਕਰ ਸਕਦੇ ਤਾਂ ਮੈਂ ਆਸਟ੍ਰੇਲੀਆ ਵਗ ਜੂੰਗੀ ਤੇ ਉੱਥੇ ਜਾ ਕੇ ਨਾ ਆਪਣਾ ਵੀ ਫਿਊਚਰ ਵਧੀਆ ਬਣ ਜੂਗਾ ਫਿਰ ਮੈਂ ਤੁਹਾਨੂੰ ਉੱਧਰ ਜਾ ਕੇ ਸਪਾਂਸਰ ਕਰ ਦੂੰਗੀ ਉਹ ਯਾਰ ਉੱਧਰ ਬੰਦਾ ਚੱਲ ਜਾਂਦਾ ਉੱਧਰ ਛੇਤੀ ਇਹਨਾਂ ਦਾ ਪੀਆਰ ਹੋਵੇ ਨਾ ਉੱਧਰ ਬੰਦਾ ਸਪਾਂਸਰ ਹੋ ਕਰ ਸਕਦਾ ਫਿਰ ਤੁਸੀਂ ਮੈਨੂੰ ਕਿਵੇਂ ਬੁਲਾ ਲਓਗੇ ਯਾਰ ਕੁਛ ਕੁ ਪੈਸੇ ਮੈਂ ਘਰੋਂ ਕਰ ਲੂੰਗੀ ਜੇ ਤੁਸੀਂ ਵੀ ਮੇਰੇ ਪੈਸਿਆਂ ਦਾ ਕਰ ਦਿੰਦੇ ਚੱਲ ਠੀਕ ਹੈ ਪ੍ਰੀਤਾ ਹਨਾ ਕੁਛ ਕੁ ਪੈਸਿਆਂ ਦਾ ਤੁਸੀਂ ਹੀਲਾ ਕਰੋ ਕੁਛ ਮੈਂ ਕਰਦਾ ਜਿੰਨੇ ਲੱਗਣਗੇ ਹਨਾ ਚੱਲ ਕੋਈ ਗੱਲ ਨਹੀਂ ਪ੍ਰੀਤ ਯਾਰ ਤੁਸੀਂ ਫਾਈਲ ਦਾ ਪ੍ਰੋਸੈਸ ਸਟਾਰਟ ਕਰੋ ਠੀਕ ਹੈ ਜਿੰਨੇ ਕੁ ਪੈਸੇ ਘਟਣਗੇ ਮੈਂ ਤੁਹਾਨੂੰ ਦੇ ਦੂੰਗਾ ਜਦੋਂ ਤੁਸੀਂ ਮੇਰੇ ਤੇ ਮੇਰੀ ਕਸਮ ਖਾ ਲਈ ਮੇਰੇ ਤੇ ਇੰਨਾ ਪਿਆਰ ਕਰ ਦੇ ਨਾ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਯਾਰ ਟਾਈਮ ਵੀ ਬਹੁਤ ਹੋ ਗਿਆ ਚੱਲੀਏ ਹੁਣ ਆਪਾਂ ਚੱਲ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਹਾਂਜੀ ਕਿਵੇਂ ਆਉਣਾ ਹੋਇਆ? ਹਾਂਜੀ ਬ੍ਰਦਰ, ਮੈਂ ਲੋਨ ਵਾਸਤੇ ਪਤਾ ਕਰਨ ਆਇਆ ਸੀ। ਹਾਂਜੀ, ਕਾਹਤੇ ਲੋਨ ਚਾਹੀਦਾ ਆਪਾਂ ਨੂੰ? ਕੋਈ ਗੋਲਡ ਤੇ, ਕੋਈ ਮਸ਼ੀਨਰੀ, ਕਿਸੇ ਆਪਣਾ ਸੰਦ ਵਗੈਰਾ, ਜਾਂ ਕਿਸੇ ਘਰ ਤੇ ਹੋਮ ਲੋਨ ਆਪਣਾ? ਤੁਸੀਂ ਦੱਸੋ ਕਾਹਤੇ ਲੋਨ ਚਾਹੀਦਾ? ਉਹ ਬ੍ਰਦਰ, ਮੈਂ ਟਰੈਕਟਰ ਤੇ ਲੈਣਾ ਸੀ, ਤੇ ਇੱਕ ਆਪਣਾ ਮਕਾਨ ਵੀ ਹੈ, ਉਸ ਤੇ ਲੈਣਾ ਸੀ ਮੈਂ। ਟਰੈਕਟਰ ਦੀ ਕਾਪੀ ਆਈ ਹੈ ਤੁਹਾਡੇ ਕੋਲ? ਹਾਂਜੀ। ਪਹਿਲਾਂ ਦੋ ਫਿਰ ਆਧਾਰ ਕਾਰਡ ਤੁਹਾਡਾ? ਆਧਾਰ ਕਾਰਡ ਵੀ ਲੈ ਕੇ ਆਏ? ਆ ਦੋਨੇ ਨਹੀਂ, ਚੈੱਕ ਕਰ ਲਓ ਆਪਣੇ ਡਾਕੂਮੈਂਟ। ਜਸਪ੍ਰੀਤ ਸਿੰਘ, ਸਨ ਆਫ ਜਰਨੈਲ ਸਿੰਘ, ਇਹੀ ਹੈ? ਹਾਂਜੀ ਹਾਂਜੀ, ਜਰਨੈਲ ਸਿੰਘ। ਹਾਂ ਵੀਰੇ, ਸਿੰਬਲ ਸਹੀ ਆ ਰਿਹਾ ਨਾ? ਹਾਂ ਸਹੀ ਹੈ। ਹੋ ਜੂਗਾ ਲੋਨ ਤਾਂ ਤੁਹਾਡਾ? ਇਹ ਕਿੰਨੇ ਕੁ ਪੈਸੇ ਦਾ ਹੋ ਜੂਗਾ ਜੀ? ਇਹ ਤਾਂ ਦੇਖੋ ਤੁਹਾਡੇ ਟਰੈਕਟਰ ਤੇ ਚੈੱਕ ਕਰਕੇ, ਜਿਵੇਂ ਟਰੈਕਟਰ ਤੁਹਾਡਾ ਹੈ ਪੁਰਾਣਾ ਮਾਡਲ ਹੈ, ਵੀ ਮਤਲਬ ਟਰੈਕਟਰ ਤੇ ਤੁਹਾਡਾ 2 ਤੋਂ ਲੈ ਕੇ 2.5 ਲੱਖ ਦੇ ਵਿੱਚ ਵਿੱਚ ਹੋਊਗਾ। ਮਤਲਬ ਤੁਹਾਡੇ ਘਰ ਦੇ ਕਾਗਜ਼ ਦਿਖਾ ਦਿਓ ਸਾਨੂੰ। ਮੈਂ ਲੈ ਕੇ ਆਇਆ, ਰਜਿਸਟਰੀ ਲੈ ਕੇ ਆਇਆ ਜੀ। ਠੀਕ ਹੈ, ਨਾਮ ਵੀ ਇਹਨਾਂ ਦੇ ਸਹੀ ਹੈ, ਠੀਕ ਹੈ। ਫਿਰ ਮੰਨ ਲਓ ਵੀ ਤੁਹਾਡੇ ਜੀ ਆਪਾਂ ਜਿਵੇਂ ਤੁਹਾਡੇ ਅਸੀਂ ਕਾਗਜ਼ ਪੱਤਰ ਚੈੱਕ ਕੀਤੇ ਨੇ, ਤੁਹਾਡੇ ਦੋਨਾਂ ਚੀਜ਼ਾਂ ਤੇ ਲੋਨ 10 ਤੋਂ ਲੈ ਕੇ 15 ਲੱਖ ਦੇ ਵਿੱਚ ਵਿੱਚ ਹੋ ਜੂਗਾ, ਠੀਕ ਹੈ। ਪਤਾ ਕੀ ਹੈ ਜੀ, ਤੁਹਾਨੂੰ ਕਿੰਨਾ ਚਾਹੀਦਾ? ਇਹ ਪਤਾ ਕੀ ਹੈ ਜੀ, ਜਿਹੜਾ ਟਰੈਕਟਰ ਹੈ, ਹਾਂਜੀ, ਉਹ ਤਾਂ ਮੇਰੇ ਨਾਮ ਹੈ ਜੀ, ਠੀਕ ਹੈ ਜੀ। ਇਹ ਰਜਿਸਟਰੀ ਮੇਰੇ ਡੈਡੀ ਦੇ ਨਾਮ ਹੈ, ਕੋਈ ਉਹਨਾਂ ਦਾ ਤਾਂ ਨਹੀਂ ਵੇਰਵਾ ਵੂਰਵਾ ਵਿੱਚ ਪਾਉਣ ਦੀ ਲੋੜ ਜੀ। ਪਤਾ ਕੀ ਹੈ ਜੀ, ਉਹ ਆ ਨਹੀਂ ਸਕਦੇ ਜੀ, ਉਹ ਪਤਾ ਕੀ ਹੈ, ਬਿਮਾਰ ਬੂਰ ਰਹਿੰਦੇ ਨੇ ਜੀ, ਵੀ ਜੇ ਤੁਸੀਂ ਮਤਲਬ ਕੋਈ ਹੱਲ ਕਰਦੇ ਜੀ ਮੇਰਾ, ਫਿਰ ਉਹਦਾ ਵੀਰੇ ਲਿਆਣੇ ਪੈਣੇ। ਦੇਖੋ ਬ੍ਰਦਰ, ਮੇਰੀ ਬੇਨਤੀ ਹੈ, ਹੱਥ ਬੰਨ ਗਈ, ਮੈਨੂੰ ਪਤਾ ਕੀ ਹੈ, ਬਹੁਤ ਸਖਤ ਜ਼ਰੂਰਤ ਹੈ, ਜੇ ਤੁਸੀਂ ਨਾ ਕਿਵੇਂ ਕਰ ਦਿਓ ਨਾ, ਕੋਈ ਨਾ ਜੋ ਤੁਹਾਡੀ ਖਰਚਾ ਪਾਣੀ ਫੀਸ ਹੋਊਗਾ ਆਪਾਂ ਉਹ ਕਟਵਾ ਦਾਂਗੇ। ਨਹੀਂ ਵੀਰੇ, ਤੁਹਾਡਾ ਟਰੈਕਟਰ ਦਾ ਕਰ ਦਾਂਗੇ, ਤੇ ਇਹਦਾ ਤੁਹਾਡੇ ਘਰ ਪਤਾ ਕੀ ਗੱਲ ਹੈ, ਪ੍ਰੋਬਲਮ ਸਾਨੂੰ ਵੀ ਆਊਗੀ, ਕੱਲ ਨੂੰ ਸਾਡੇ ਤੇ ਆ ਕੇ ਕਲੇਮ ਲੱਗ ਸਕਦਾ ਵੀ ਤੁਸੀਂ ਇਹ ਕਿਵੇਂ ਲੋਨ ਕਰਤਾ। ਪਤਾ ਕੀ ਹੈ, ਮੈਂ ਤਾਂ ਪਤਾ ਕੀ ਹੈ, ਕਬੱਡੀ ਖਿਡਾਰੀ ਹੈ ਜੀ, ਮੇਰਾ ਕੰਮ ਵਧੀਆ ਚੱਲਦਾ, ਮੈਨੂੰ ਐਕਚੁਅਲੀ ਜ਼ਿਆਦਾ ਜ਼ਰੂਰਤ ਆਉਣ, ਮੈਂ ਬਹੁਤ ਛੇਰੀ ਤੁਹਾਡਾ ਲੋਨ ਪੇ ਕਰ ਦੂੰਗਾ, ਤੁਹਾਡੇ ਤੱਕ ਮੈਂ ਗੱਲ ਨਹੀਂ ਆਉਣਾ, ਜਿਹੜੀ ਕੋਈ ਤੁਹਾਡੀ ਫੀਸ ਹੈ, ਜੋ ਵੀ ਤੁਹਾਡੀ ਫੀਸ ਹੋਊਗੀ, ਮੈਂ ਇਹਦੇ ਵਿੱਚੋਂ ਕਟਵਾ ਦੂੰਗਾ ਜੀ। ਕਿਵੇਂ ਕਰੀਏ ਫਿਰ? ਦੇਖ ਲਓ ਫਿਰ, ਕਰ ਦਾਂਗੇ। ਚਲੋ ਕਰ ਦਾਂਗੇ ਫਿਰ ਤੁਹਾਡਾ, ਸਾਰਾ ਪੈਸਾ ਲੋਨ ਦਾ ਉਹ ਤੁਹਾਡੀ ਪੇਮੈਂਟ ਸਾਰੀ ਬੈਂਕ ਚ ਹੋਊਗੀ ਟ੍ਰਾਂਸਫਰ। ਅੱਛਾ ਬ੍ਰਦਰ, ਕੈਸ਼ ਨਹੀਂ ਮਿਲਦਾ? ਕੈਸ਼ ਨਹੀਂ ਹੁੰਦਾ। ਅੱਛਾ ਜੀ, ਉਹ ਪਿੱਛੋਂ ਬ੍ਰਾਂਚ ਤੁਹਾਡੇ ਸਿੱਧੇ ਅਕਾਊਂਟ ਚ ਆ ਜਾਣਗੇ। ਠੀਕ ਹੈ ਜੀ, ਸਾਡੀ ਜਿਹੜੀ ਵੱਡੀ ਬ੍ਰਾਂਚ ਹੈ, ਪਹਿਲਾਂ ਸਾਡੀ ਡਿਟੇਲ ਉੱਥੇ ਭੇਜਾਂਗੇ, ਤੁਹਾਡਾ ਪ੍ਰੋਸੈਸ ਉੱਥੋਂ ਸਾਡੇ ਮਾਰਕ ਕਰਕੇ ਆਣਗੇ, ਉਸ ਤੋਂ ਬਾਅਦ ਜਿੰਨੇ ਹੋਊਗੀ ਤੁਹਾਡੀ ਬੈਂਕ ਦੀ ਪੇਮੈਂਟ ਆਊਗੀ, ਉਹ ਸਾਰੀ ਤੁਹਾਨੂੰ ਟ੍ਰਾਂਸਫਰ ਹੋਊਗੀ। ਠੀਕ ਹੈ ਜੀ, ਫਿਰ ਮੇਰਾ ਅਕਾਊਂਟ ਨੰਬਰ ਲਿਖ ਲਓ ਜੀ, HDFC ਬੈਂਕ ਦਾ ਜੀ। ਬੋਲ ਵੀਰੇ। 50 ਜੀ, 55 72 72 79 79 71 71 82 ਜੀ 82 ਠੀਕ ਹੈ। ਓਕੇ ਵੀਰੇ, ਇਹ ਬ੍ਰਾਂਚ ਕਿੱਥੋਂ ਪੈਂਦੀ ਹੈ ਆਪਣੀ? ਇਹ ਡਰਬਾ ਬ੍ਰਾਂਚ ਪੈਂਦੀ ਹੈ ਜੀ। ਬਸ ਉਹੀ ਐਕਸਪੀਰੀਅੰਸ ਲੱਗ ਗਈ। ਕੋਈ ਠੀਕ ਹੈ ਬ੍ਰਦਰ, ਫਿਰ ਮੈਂ ਲੈ ਜਾ। ਨਹੀਂ ਜੀ, ਇਹ ਤਾਂ ਜਦੋਂ ਤੱਕ ਸਾਡੇ ਲਵੇ ਤੁਹਾਡਾ ਚੱਲ ਰਿਹਾ ਪ੍ਰੋਸੈਸ, ਉਦੋਂ ਤੱਕ ਸਾਡੇ ਲਵੇ ਰਹੇਗੀ। ਅੱਛਾ, ਇਹਦਾ ਜਦੋਂ ਤੱਕ ਮਤਲਬ ਵੀ ਆਪਣਾ ਲੋਨ ਨਹੀਂ ਹੁੰਦਾ, ਇਹ ਸਾਡੇ ਲਵੇ ਰਹੂ ਸਾਰਾ। ਤੇ ਇੱਕ ਮੇਰਾ ਜਦੋਂ ਲੋਨ ਕੰਪਲੀਟ, ਮੈਨੂੰ ਕਿਸ਼ਤ ਬਣਾ ਕੇ ਦੱਸ ਦਿਓ ਜੀ, ਮੇਰੀ ਮੰਥਲੀ ਕਿਸ਼ਤ ਕਿੰਨੀ ਜਰੂਰੀ ਤੁਹਾਨੂੰ? ਉਹ ਤਾਂ ਦੇਖੋ ਜਿਵੇਂ ਸਾਡਾ ਉੱਤੋਂ ਬਣ ਕੇ ਆਊਗਾ, ਉਹਦੇ ਦੀ ਬਣ ਕੇ ਆਊਗਾ। ਅੱਛਾ, ਠੀਕ ਹੈ, ਵੀ ਕਿਹੜੇ ਹਿਸਾਬ ਨਾਲ ਤੁਹਾਡਾ ਲੋਨ, ਉਹ ਸਾਨੂੰ ਸਾਰਾ ਕੁਝ ਦੱਸਿਆ ਜਾਊਗਾ। ਠੀਕ ਹੈ, ਤੁਹਾਨੂੰ ਇੱਕ ਵਾਰ ਬੁਲਾਇਆ ਜਾ ਕੇ, ਬੁਲਾਇਆ ਦੀ ਲੋੜ ਨਹੀਂ, ਸਾਨੂੰ ਸਾਰਾ ਉੱਥੇ
ਚੜ੍ਹ ਕੇ ਆ ਜਾਓ ਖਾਤੇ ਚ, ਇੰਨਾ ਤੁਹਾਡਾ ਸਿਸਟਮ ਇੰਨਾ ਤੇ ਠੀਕ ਹੈ, ਠੀਕ ਹੈ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਬਸ ਆ ਸਾਡੇ ਲਵੇ ਜਮਾ ਪਏ ਨੇ ਕੋਈ ਚੱਕਰ, ਠੀਕ ਹੈ ਸਰ ਜੀ ਧੰਨਵਾਦ ਜੀ, ਠੀਕ ਹੈ। ਕਮਾਲ ਹੋ ਗਈ ਯਾਰ, ਬੰਦਾ ਤਾਂ ਮਿਲਣ ਵੀ ਰਹਿ ਗਿਆ ਯਾਰ, ਪਹਿਲਾਂ ਤਾਂ ਮੈਨੂੰ ਭਾਈ ਭਾਈ ਬੁਲਾਉਣਾ ਹੁੰਦਾ ਸੀ ਯਾਰ, ਭਾਈਆਂ ਵਾਲਾ ਪਿਆਰ ਹੁੰਦਾ ਸੀ ਸਾਡਾ ਤਾਂ, ਯਾਰ ਕੁੜੀ ਪਿੱਛੇ ਲੱਗ ਕੇ ਭਾਵੇਂ ਮੇਰਾ ਜਮੀ ਬਦਲ ਗਿਆ, ਓਏ ਕੀ ਕਰੀਏ ਯਾਰ, ਕੋਈ ਨਾ ਕਰ ਲਓ ਭਲਾ, ਜਦੋਂ ਦਾ ਉਹਦਾ ਆਪਦਾ ਕੰਮ ਹੁੰਦਾ ਸੀ ਉਹਦਾ ਮੇਰੇ ਲਈ ਭਾਈ ਭਾਈ ਆਉਂਦਾ ਸੀ, ਹੁਣ ਜੇ ਮੇਰਾ ਕੰਮ ਸੀ ਹੱਥ ਖੜਾ ਕੀ ਲੰਘ ਗਿਆ ਤਾਂ, ਚੱਲ ਕੋਈ ਨਾ ਟਾਈਮ ਟਾਈਮ ਦੀ ਗੱਲ ਹੈ, ਆਊ ਆਪਣਾ ਵੀ ਕਦੇ ਟਾਈਮ। ਕੀ ਚੱਕਰ ਹੈ ਯਾਰ, ਔਨਲਾਈਨ ਬੈਠੀ ਹੈ, ਕੋਈ ਮੈਸੇਜ ਨਹੀਂ ਕਰਦੀ ਨਾ ਸੀਨ ਕਰੇ ਮੈਸੇਜ ਕੋਈ, ਹੋਰ ਕੀ ਚੱਕਰ, ਫੋਨ ਲਾ ਕੇ ਦੇਖਾਂ ਇਹਨੂੰ। ਨੈਟਵਰਕ ਤੋਂ ਬਾਹਰ ਯਾਰ, ਕੀ ਚੱਕਰ ਹੈ ਇਹ, ਦੁਬਾਰਾ ਲੈ ਕੇ ਯਾਰ, ਦੁਬਾਰਾ ਕੀ ਚੱਕਰ ਹੈ ਯਾਰ ਇਹਦਾ, ਕੀ ਹੋ ਗਿਆ ਆਇਆ ਵੀ ਜਸ਼ਨ। ਵਧੀਆ ਵਧੀਆ, ਤੂੰ ਸੁਣਾ। ਬਸ ਠੀਕ ਹੈ, ਮੈਂ ਵੀ ਯਾਰ, ਮੈਂ ਤੈਨੂੰ ਇੰਨੀਆਂ ਬਾਜਾਂ ਮਾਰੀ ਯਾਰ, ਤੂੰ ਰੁਕ ਹੀ ਨਹੀਂ ਗਾ, ਮੈਨੂੰ ਕੰਮ ਦੀ ਦੇਰ ਤੱਕ ਆ। ਨਹੀਂ ਨਹੀਂ, ਉਹਦੇ ਤੇਰੀ ਭਾਬੀ ਦਾ ਫੋਨ ਆ ਰਿਹਾ ਸੀ ਤਾਂ ਕਰਕੇ ਨਹੀਂ ਰੁਕਿਆ ਯਾਰ ਮੈਂ, ਭਾਬੀ ਦਾ ਹੁਣ ਬਾਰੇ ਬਾਗੀ। ਹਾਂ ਹਾਂ ਬਾਈ ਬਾਰੇ ਬਾਗੀ, ਉਦੋਂ ਉਸ ਦਾ ਫੋਨ ਆ ਰਿਹਾ ਸੀ ਤਾਂ ਹੀ ਨਹੀਂ ਮੈਂ ਤੇਰੇ ਕੋਲ ਖੜਿਆ ਹਲੇ। ਤੈਨੂੰ ਫੋਨ ਪਾਉਣ ਜਾ ਕਰਾਂ, ਉਹ ਕਰਦੀ ਯਾਰ ਪਹਿਲਾਂ ਕਰਦੀ ਸੀ ਫੋਨ, ਹੁਣ ਜਦੋਂ ਉਹਨੂੰ ਕੋਈ ਕੰਮ ਕੁੰਮ ਨਾ ਮਿਲ ਗਿਆ ਹੋਵੇ ਸ਼ਾਇਦ, ਹੁਣ ਤਾਂ ਨੈਟਵਰਕ ਤੋਂ ਫੋਨ ਜਾ ਬਾਹਰ ਦੱਸੀ ਜਾਂਦਾ ਤੇ ਮੈਸੇਜ ਆ ਵੀ ਨਹੀਂ ਸੀਨ ਕਰਦੀ, ਉਹ ਆਨਲਾਈਨ ਚਮਕੀ ਜਾਂਦਾ ਪਰ ਸੀਨ ਨਹੀਂ ਕਰਦੀ ਮੈਸੇਜ ਯਾਰ। ਫੋਨ ਕਿਤੇ ਨੂੰ ਛੁਣ ਚਲਾਊਗੀ ਉਹ, ਹੁਣ ਤਾਂ ਹੋ ਲਿਆ ਮੈਸੇਜ ਸੀਨ, ਉਹ ਤਾਂ ਕਿਸੇ ਹੋਰ ਰੰਗ ਰਲੀਆਂ ਬਣਾਉਂਦੀ ਫਿਰਦੀ ਹੈ। ਕੀ ਯਾਰ ਤੂੰ ਬਵਾਸ ਹੀ ਨਾ ਮਾਰਿਆ ਕਰ ਯਾਰ, ਤੇਰੀ ਭਾਬੀ ਵਾਸਤੇ ਤੂੰ ਮੇਰਾ ਇੱਕ ਯਾਰ ਦੋਸਤ ਹੈ ਤਾਂ ਕਰਕੇ ਨਹੀਂ ਮੈਂ ਤੈਨੂੰ ਕੁਛ ਕਹਿੰਦਾ, ਉਹ ਮੇਰੇ ਲਈ ਪ੍ਰੂਫ ਹੈ ਯਾਰ, ਹੋਰ ਨਾਲ ਫਿਰਦੀ ਆ ਉੱਥੇ। ਕੀ ਪ੍ਰੂਫ ਹੈ ਤੇਰੇ ਕੋਲ, ਤੈਨੂੰ ਮੈਂ ਦਿਖਾਉਣਾ। ਬਲੌਗ ਬਲੂਕ ਮਾਰ ਗਈ ਉਹ, ਕਿਹੜੇ ਸ਼ੋ ਤਾਂ ਪਾਤੀ ਨੇ ਛਾਪਾ, ਤੇਰਾ ਪੈ ਗਈ ਸਰਚ ਖੇ ਹੋਣਾ ਯਾਰ। ਮੈਂ ਵੀ ਇਹੀ ਸੋਚਦਾ ਸੀ ਯਾਰ ਵੀ ਦੋ ਤਿੰਨ ਹੋ ਗਏ ਹਲੇ ਨੈਟਵਰਕ ਤੋਂ ਬਾਹਰ, ਅਸੀਂ ਯਾਰ ਮੈਸੇਜ ਹੀ ਨਹੀਂ ਕਰਦੇ। ਚੱਲ ਠੀਕ ਹੈ ਯਾਰ ਸਿੰਘ ਯਾਰ, ਆਪਾਂ ਫਿਰ ਮਿਲਦੇ ਹਾਂ ਸ਼ਾਮ ਨੂੰ, ਠੀਕ ਹੈ ਬਾਈ। ਓਏ ਟੈਨਸ਼ਨ ਲਈ, ਤੇਰੇ ਨਾਲ ਆ ਮੈਂ ਕੁਛ ਨਹੀਂ ਹੁੰਦਾ। ਓ ਯਾਰ ਕੀ ਹੈ ਯਾਰ, ਮੈਂ ਤਾਂ ਇਹਦੇ ਪਿੱਛੇ ਨਾ ਇੰਨਾ ਕਰਜ਼ਾ ਚੜ੍ਹਾ ਕੇ ਬਹਿ ਗਿਆ, ਘਰੋਂ ਵੀ ਛਿੱਤਰ ਖਾਣੇ ਪੈਣਗੇ ਮੈਨੂੰ। ਕੀ ਹੈ ਯਾਰ, ਮੈਂ ਦਿਮਾਗ ਦੇ ਟੈਨਸ਼ਨ ਪੈ ਗਈ। ਆਪ ਦੇਖ ਲੈ, ਐਡੇ ਐਡੇ ਘਰਾਂ ਤੇ ਲੋਕਾਂ ਨੇ ਲੋਨ ਕਰਾ ਰੱਖਿਆ। ਉਹ ਲੋਨ ਕਰਾ ਤਾਂ ਲੈਂਦੇ ਨੇ, ਮੋੜਦੇ ਵੀ ਨਹੀਂ ਹੈਗੇ। ਓਏ ਹਈ ਹੁੰਦੇ ਨੇ, ਇੰਨੀ ਜਾਇਦਾਦ ਆ ਦੇਖ, ਜੱਟ ਤਾਂ ਹੀ ਹੁੰਦੇ ਨੇ, ਘਰ ਤਾਂ ਮੈਨੂੰ ਆਹੀ ਲੱਗਦਾ ਨਾ ਆਪਾਂ ਨੂੰ ਪਿੱਛੋਂ ਦੱਸਿਆ ਦੀ। ਇਹੀ ਹੈ, ਚੱਲ ਦੇਖਦੇ ਆ। ਜੱਸੇ ਓਏ, ਓ ਜੱਸੇ ਕਿਹੜਾ ਭਾਈ, ਅੰਦਰ ਆ ਜਾਓ। ਚਲੋ ਉਹ ਬੈਠਾ ਬਾਬਾ, ਉਹਨੂੰ ਪੁੱਛਦੇ ਆ ਜਾਓ। ਚੱਲ ਕਰਦੇ ਆ ਆਪਾਂ ਜਾ ਕੇ ਗੱਲ। ਉਹ ਖੜਾ ਟਰੈਕਟਰ ਤਾਂ, ਚਲੋ ਬਾਬੇ ਲਵੇ ਚੱਲਦੇ ਆ, ਕੀ ਕਹਿੰਦਾ। ਟਰੈਕਟਰ ਤਾਂ ਉਹੀ ਹੈ। ਅਸੀਂ ਆਪਦਾ ਸਸ਼ੀਕਾਰ ਜੀ, ਕੌਣ ਹੋ ਭਾਈ ਤੁਸੀਂ? ਅਸੀਂ ਤਾਂ ਹੀ ਬੈਂਕ ਵੱਲੋਂ ਆਏ ਆ। ਹਾਂ ਭਾਈ ਬਹਿ ਜਾਓ, ਚਾਹ ਪਾਣੀ ਪੀ ਲਓ, ਕੁਰਸੀ ਲੈ ਕੇ ਆਣਾ। ਬਾਬਾ ਕੁਰਸੀ ਕਰ ਸੀ ਨੀ, ਪਹਿਲਾਂ ਤੂੰ ਸਾਡੇ ਲੋਨ ਦਾ ਹਿਸਾਬ ਕਰ।
ਤੁਹਾਡੇ ਮੁੰਡੇ ਨੇ ਸਾਡੇ ਤੋਂ ਲੋਨ ਲਿਆ ਸੀ, ਜਸਪ੍ਰੀਤ ਤੁਹਾਡੇ ਮੁੰਡਾ ਜੀ, ਜਰਨੈਲ ਸਿੰਘ ਤੁਸੀਂ ਹੋ, ਉਹਨੇ ਸਾਡੇ ਤੋਂ ਲੋਨ ਲਿਆ ਸੀ, ਟਰੈਕਟਰ ਤੇ ਲੋਨ ਲਿਆ ਸੀ ਤੇ ਇੱਕ ਘਰ ਤੇ ਲੋਨ ਲਿਆ ਸੀ, ਘਰ ਤੇ ਵੀ ਲੋਨ ਹੈ ਤੁਹਾਡੇ ਤੇ, ਕੀ ਕਰਨਾ ਲੋਨ ਭਾਈ, ਸਾਡਾ ਮੁੰਡਾ ਦਾ ਕਬੱਡੀ ਖਿਡਾਰੀ ਆ, ਇਹ ਸਾਨੂੰ ਨਹੀਂ ਪਤਾ ਜੀ, ਉਹਨੇ ਲੋਨ ਸਾਡੇ ਤੋਂ ਲਿਆ, ਦੇਖੋ ਜੀ ਕਾਗਜ਼ ਪੱਤਰਾਂ ਪਏ ਨੇ, ਕਾਗਜ਼ ਪੱਤਰ ਸਾਰੇ ਫੋਟੋਆਂ ਚੜੇ ਪਏ ਨੇ ਜੀ, ਦੇਖੋ ਘਰ ਦਾ ਤਾਂ ਤੁਹਾਡਾ ਹਜੇ ਰਹਿੰਦਾ, ਤੁਹਾਡੇ ਟਰੈਕਟਰ ਦਾ ਤਾਂ ਲੋਨ ਲੰਘ ਚੁੱਕਾ, ਕੋਈ ਕਿਸ਼ਤ ਨਹੀਂ ਭਰੀ ਸਾਡੇ ਨਾਲ, ਕਿਸ਼ਤਾਂ ਕਰਕੇ ਆਇਆ ਸੀ, ਅਸੀਂ ਲੰਘਾਤੀ ਉੱਤੋਂ ਦੀ, ਅਸੀਂ ਪਾਗਲ ਹਾਂ ਜੀ, ਅਸੀਂ ਘੁੰਮਦੇ ਫਿਰਦੇ ਹਾਂ ਤੁਹਾਡੇ ਪਿੱਛੇ, ਦੇਖਦੇ ਕਿਉਂ ਮੁੰਡਿਓ, ਹੁਣ ਆਪਾਂ ਨੇ ਇਹਨਾਂ ਨੂੰ ਦੱਸਤਾ ਉਹ ਖੜਾ ਟਰੈਕਟਰ ਲੈ ਪਾਸ ਕਰੋ ਬਾਈ, ਛੇੜ ਕੇ ਨਾ ਟਰੈਕਟਰ, ਆਪਣਾ ਲੋਨ ਐ ਨਹੀਂ ਉਤਰਦਾ, ਚਲੋ ਬਾਈ ਛੇੜੋ, ਟਰੈਕਟਰ ਕਿੱਧਰ ਛੇੜਦਾ ਬਾਈ, ਉਹ ਬਾਬਾ ਇੰਨੇ ਪੈਸੇ ਲੈ ਕੇ ਗਿਆ ਤੇਰਾ, ਉਹ ਤਾਂ ਮੇਰਾ ਟਰੈਕਟਰ ਯਾਰ, ਉਹ ਮੁੰਡਾ ਨਹੀਂ ਤੇਰਾ ਬਾਬਾ, ਮੁੰਡਾ ਨਹੀਂ ਤੇਰਾ, ਮੈਨੂੰ ਤਾਂ ਪਤਾ ਵੀ ਨਹੀਂ ਯਾਰ, ਮੈਨੂੰ ਨਹੀਂ ਪਤਾ, ਤੁਹਾਨੂੰ ਸਭ ਕੁਝ ਪਤਾ ਹੁੰਦਾ, ਮੁੰਡਾ ਤੇਰਾ, ਛੇੜੋ ਜੀ ਉਹ ਟਰੈਕਟਰ, ਕਿੱਥੇ ਲੈ ਕੇ ਜਾਣਾ ਬਾਈ, ਉਹ ਬਾਬਾ ਟਰੈਕਟਰ ਨਾਲ ਲੈ ਕੇ ਜਾਣਾ, ਅਸੀਂ ਤਾਂ ਲੈ ਕੇ ਜਾਣਾ, ਉਹ ਮੁੰਡਾ ਵੀ ਤੇਰਾ ਹੀ ਸੀ, ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ, ਲੈ ਰਾਹ ਬਾਬਾ ਦੇਖੀ ਆਹ ਫੋਟੋ ਕੀ ਦੀ ਹੈ, ਉਹ ਦੱਸ ਬਾਈ ਇੰਨਾ ਕੀ ਹੋਇਆ ਹੋਇਆ, ਬਸ ਫਿਰ ਇਸੇ ਨੇ ਲੋਨ ਲਿਆ, ਇੰਨਾ ਪੱਬਾ ਪੈਸਾ ਦਾ ਲੈ ਕੇ ਆਇਆ ਸਾਡੇ ਤੋਂ, ਤੁਸੀਂ ਲੈ ਤਾਂ ਲੈਣੋ ਪੈਸੇ ਮੋੜਦੇ ਹੈ ਨੀ, ਬਹਿ ਜਾ ਬਾਬਾ ਬਹਿ ਜਾ, ਤੇਰੀ ਇੱਜ਼ਤ ਕਰਦੇ ਅਸੀਂ, ਉੱਥੇ ਬਹਿ ਜਾ, ਇਸ ਤਰ੍ਹਾਂ ਲੈ ਜਾਣਾ ਕਿੰਨੇ ਹੋਇਆ ਬੈਂਕ ਦੇ ਹੱਥ, ਅਸੀਂ ਨਹੀਂ ਬਣ ਸਕਦੇ ਹਾਂ, ਪਰ ਸਾਨੂੰ ਬਹੁਤ ਔਖਾ ਹੈ, ਸਾਡੇ ਸਿਰ ਤੇ ਜਿਹੜੇ ਹੋਰ ਕਹਿੰਦੇ ਛੇੜ ਕੇ ਲਾਉਣਾ ਦੀਆਂ ਚੀਜ਼ਾਂ ਜਿੱਥੇ ਲੋਨ ਕਰਾਇਆ, ਲੈ ਪ੍ਰੀਤ ਮਾਰ ਸੈਲਫ ਕਰਨਾ ਟਰੈਕਟਰ ਦਾ, ਕਿਹੜੇ ਨੇ ਓਏ, ਬੈਂਕ ਵਾਲੇ ਆ ਰਹੇ ਨੇ, ਇਹਦਾ ਛੱਡ ਗਿਆ ਸਿਆਪਾ ਕੋਈ ਨਾ ਕੋਈ, ਆਹ ਕੀ ਹੋ ਗਿਆ ਓਏ, ਓ ਬਾਈ ਓ ਕੀ ਚੱਕਰ ਹੈ ਬਾਈ, ਇਹ ਕੀ ਹੋ ਗਿਆ ਲਾਣੇਦਾਰ ਜੀ, ਬੜੀ ਮੇਰੇ ਘਰੇ ਬਾਈ, ਕੋਈ ਗੇਮ ਛੱਡ ਕੇ ਆਪਦਾ ਕੰਮ ਛੱਡ ਕੇ ਕੁੜੀ ਦੇ ਚੱਕਰਾਂ 'ਚ ਨਾ ਪਾਓ, ਨਾਲੇ ਮੈਂ ਘਰੋਂ ਬਾਹਰੋਂ ਗਿਆ, ਨਾਲੇ ਮੈਂ ਆਪਦੇ ਬਾਪੂ ਦੇ ਹੱਥੋਂ ਗਿਆ, ਬਾਪੂ ਦੇ ਹੱਥੋਂ ਗਿਆ, ਨਾਲੇ ਤਾਂ ਬਾਈ ਮੈਂ, ਨਾਲੇ ਮੈਨੂੰ ਕੁੜੀ ਧੋਖਾ ਦੇ ਗਈ, ਬਾਈ ਕੋਈ ਇਹੋ ਜਿਹੇ ਚੱਕਰਾਂ 'ਚ ਨਾ ਪਾਓ ਓਏ।